ਸ੍ਰੀਕਾਲ ਜੀ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਵਿੱਚ। ਅੱਜ ਸਾਡਾ ਵਿਆਹ ਤੋਂ ਬਾਅਦ ਜਿਹੜਾ ਅਸੀਂ ਪਹਿਲਾ ਵਲੋਗ ਬਣਾ ਰਹੇ ਹਾਂ, ਸਾਨੂੰ ਕੋਈ ਹਿਸਾਬ ਕਿਤਾਬ ਹੈ ਨਹੀਂ, ਹੈ ਨਾ। ਅਤੇ ਜਿਵੇਂ ਦਾ ਵੀ ਬਣਿਆ ਤੁਸੀਂ ਦੇਖ ਲਿਓ। ਬਾਕੀ ਜਿਹੜੇ ਪਹਿਲੀ ਵਾਰ ਆਪਣੇ ਚੈਨਲ 'ਤੇ ਆਉਣਗੇ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਹੁਣ ਅਸੀਂ ਚੈਲੰਜ ਲੈਂਦੇ ਹਾਂ ਵੀ 10 ਦਿਨ ਲਗਾਤਾਰ ਅਸੀਂ ਵਲੋਗ ਪਾਵਾਂਗੇ। ਬਣਾਉਣੇ ਸਾਨੂੰ ਆਉਂਦੇ ਨਹੀਂ, ਪਰ ਅਸੀਂ ਬਣਾਵਾਂਗੇ, ਕੋਸ਼ਿਸ਼ ਕਰਾਂਗੇ। ਤੁਸੀਂ ਸਾਡੇ ਨਾਲ ਤੁਸੀਂ ਬਣੇ ਰਹੋ ਅਤੇ ਸਪੋਰਟ ਕਰਿਓ। ਹਾਂ, ਸਪੋਰਟ ਕਰਿਓ, ਬਲੌਗ ਦੇ ਵਿੱਚ ਹੱਸੋਗੇ ਜ਼ਰੂਰ। ਵੀ ਅੱਗ ਮਚਾ ਲਈ ਬੱਠਲ 'ਚ, ਹੁਣ ਤੁਸੀਂ ਐਂ ਨਾ ਕਹਿ ਦਿਓ ਵੀ ਚੁੱਲ੍ਹੇ 'ਚ ਨਹੀਂ ਮਚਾਈ, ਕਿਉਂਕਿ ਇਹ ਸਾਡਾ ਚੱਕਵਾਂ ਚੁੱਲ੍ਹਾ, ਅਸੀਂ ਇਹਨੂੰ ਜਿੱਥੇ ਜੀ ਕਰੇ ਚੱਕ ਕੇ ਉੱਥੇ ਹੀ ਲੈ ਜਾਂਦੇ ਹਾਂ। ਚੁੱਲ੍ਹਾ ਜਿੱਥੇ ਹੈਗਾ ਉਹ ਉੱਥੇ ਹੀ ਰਹਿੰਦਾ, ਇਹਨੂੰ ਅਸੀਂ ਜਿੱਥੇ ਮਰਜ਼ੀ ਲੈ ਜਾਈਏ। ਅਤੇ ਮੱਚ ਤਾਂ ਜਾਣ ਦਿਓ ਅੱਗ, ਇੰਨੀ ਵੀ ਜ਼ਿਆਦਾ ਠੰਡ ਨਹੀਂ ਲੱਗਦੀ। ਰਜਾਈ 'ਚ ਉੱਠ ਕੇ ਅਸੀਂ 10 ਦਿਨ ਲਗਾਤਾਰ ਵਲੌਗ ਪਾਵਾਂਗੇ ਪਾਵਾਂਗੇ। ਪ੍ਰੀਤ, ਤੂੰ ਇਹਦਾ ਮੇਰੇ ਨਾਲ ਕੀ ਬੈਰ ਹੈ? ਨਹੀਂ ਬੈਰ ਨਹੀਂ ਹੈ। ਜਿੱਥੇ ਮੈਂ ਬੈਠਣਾ ਉਧਰ ਨੂੰ ਤੂੰ ਆਉਂਦਾ, ਇਹਦਾ ਮਤਲਬ ਪਤਾ ਕੀ ਹੈ? ਮੇਰੀ ਸੱਸ ਨੂੰ ਪਿਆਰਾ ਬੜਾ ਮੈਂ। ਆਹੋ, ਸਾਸੂ ਮਾਂ ਜੇ ਮੇਰੀ ਇਹ ਵੀਡੀਓ ਦੇਖਦੀ ਹੈ, ਪਿਆਰ ਥੋੜਾ ਜਿਹਾ ਘੱਟ ਕਰੋ, ਕਿਉਂਕਿ ਮੈਨੂੰ ਧੂਆਂ ਬੈਠਣ ਨਹੀਂ ਦਿੰਦਾ, ਮੈਨੂੰ ਬਹੁਤ ਤੰਗ ਕਰਦਾ। ਇਹ ਵੀ ਠੀਕ ਹੈ ਨਾ, ਮੈਂ ਕਹਿੰਦੇ ਹੁੰਦੇ ਆ ਨਾ, ਪਤਾ ਨਹੀਂ ਇਹ ਕਿਹਨੇ ਬਣਾਈ ਇਹ ਗੱਲਬਾਤ, ਪਰ ਸੱਚ ਆ ਮੇਰੇ ਹਿਸਾਬ ਨਾਲ। ਮੈਨੂੰ ਤਾਂ ਸੱਚ ਹੀ ਲੱਗਦਾ। ਮੈਂ ਜਿੱਧਰ ਜਾਵਾਂ ਤੂੰ ਆ ਮੇਰੇ ਪਿੱਛੇ ਪਿੱਛੇ। ਜਦੋਂ ਤੁਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਪੈਂਦੀ ਸੀ ਠੰਡ ਕਿ ਨਹੀਂ? ਉਦੋਂ ਠੰਡ ਤਾਂ ਪੈਂਦੀ ਸੀ, ਉਦੋਂ ਠੰਡ ਦਾ ਪਤਾ ਹੀ ਨਹੀਂ ਸੀ ਲੱਗਦਾ। ਕਿਉਂ? ਉਦੋਂ ਭੱਠੀਆਂ ਭੁੱਠੀਆਂ 'ਤੇ ਦਾਣੇ ਦੂਣੇ ਬਣਾ ਕੇ ਲਿਆਉਂਦੇ ਤੱਤੇ ਤੱਤੇ, ਉਹ ਖਾਂਦੇ ਗੁੜ ਦੇ ਨਾਲ, ਪਤਾ ਹੀ ਨਹੀਂ ਸੀ ਲੱਗਦਾ ਉਹ ਠੰਡਾ ਦਾ। ਹੁਣ ਤਾਂ ਕੋਈ ਖਾਣਾ ਹੀ ਖਾਈਏ ਹੀ ਨਹੀਂ, ਉਹ ਖੋਆ ਕੱਢ ਕੇ ਰੱਖ ਰੱਖਿਆ ਘਰ ਘਰ ਸਭ ਦੇ ਉੱਡੀ ਲੱਗ ਗਈ। ਸਾਡੇ ਤਾਂ ਖਰਾਬ ਹੋ ਗਿਆ, ਖੰਘ ਜ਼ੁਕਾਮ ਹੋ ਗਿਆ ਸਾਨੂੰ, ਅਤੇ ਡਾਕਟਰ ਕਹਿੰਦਾ ਖਾਣਾ ਨਹੀਂ, ਉਹ ਕੱਢਿਆ ਕਢਾਇਆ ਖਰਾਬ ਹੋ ਗਿਆ। ਕੀ ਕਹਿੰਦੀ ਸੀ ਪ੍ਰੀਤ ਤੂੰ? ਅੱਛਾ, ਇੱਕ ਨਾ ਮੈਂ ਤੁਹਾਨੂੰ ਪੁੱਛਾਂ ਵੀ ਮੈਂ ਤਾਂ ਦੇਖਿਆ ਵੀ ਕਹਿੰਦੇ ਭੂਤ ਪੈਨੇ ਖਾਧਿਆ ਮੇਰੀ ਉਮਰ ਦੇ ਬੰਦੇ, ਤੈਨੂੰ ਪਤਾ ਭੂਤ ਪੈਨੇ ਦਾ ਕੀ ਹੁੰਦਾ? ਭੂਤ ਪੈਨੇ ਤੇਰੇ ਵਰਗੇ ਹੁੰਦੇ ਜਮਾ ਜਮਾ ਤੇਰੇ ਵਰਗੇ ਦੇਖੇ ਵੀ ਨਹੀਂ। ਮੈਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਕਿਹਨੇ ਕਿਹਨੇ ਭੂਤ ਪੈਨੇ ਖਾਧੇ ਆ, ਭੇਜਿਓ ਕਿ ਫਿਰ ਆਪਾਂ ਬਣਾਵਾਂਗੇ ਘਰੇ ਆਪਣੇ ਘਰ ਸਾਰਾ ਕੁਛ ਪਿਆ। ਬੜੇ ਬੜੇ ਖਤਰਾਂ ਦੇ ਖਿਲਾੜੀ ਆ ਚੁੱਕੇ ਆ, ਬੁਖਾਰ ਚੜ੍ਹਨ ਦੇ ਬਾਵਜੂਦ ਵੀ ਨਾ ਕੇ ਆਉਂਦੇ ਹੋਏ। ਪ੍ਰੀਤ, ਤੈਨੂੰ ਕਿਹਨੇ ਕਿਹਾ ਸੀ ਨਹਾਉਣ ਨੂੰ? ਤੈਨੂੰ ਨਹੀਂ, ਤੈਨੂੰ ਪਤਾ ਨਾ ਬੁਖਾਰ ਚੜਿਆ ਪਿਆ ਹੈ ਨਹੀਂ ਹਨਾ, ਦਵਾਈ ਲੈਣ ਤੇ ਹੁਣ ਇਹ ਮੈਨੂੰ ਵੀ ਕਹਿ ਰਿਹਾ ਵੀ ਤੂੰ ਨਾ ਬੁਖਾਰ ਚੜਿਆ ਪਿਆ, ਤੇ ਹੁਣ ਜਦੋਂ ਕਿਹਾ ਫਿਰ ਹੁਣ ਨਹਾਉਣਾ ਤਾਂ ਪਊ ਗਈ ਤੇ ਨਾ ਨਹੀਂ ਹੁਣ ਤਾਂ ਮੈਂ ਪੱਕਾ ਨਹਾਉਂਗਾ, ਮੈਂ ਨਹਾਉਣ ਤੋਂ ਨਹੀਂ ਡਰਦਾ ਡਰਦਾ, ਮੈਂ ਨਹਾਉਣ ਤੋਂ ਨਹੀਂ ਡਰਦਾ। ਹਾਂ ਜਾਣਾ ਕਿਉਂ? ਆਹ ਫੋਟੋਆਂ ਦੇਖੋ ਆਪਣੀਆਂ ਕਿੰਨੀਆਂ ਘੈਂਟ ਲੱਗ ਰਹੀਆਂ ਨੇ, ਬੜੇ ਟਾਈਮ ਬਾਅਦ ਗਾਲਾਂ ਗੁਲਾਂ ਦੇ ਕੇ ਲਵਾਈਆਂ ਨੇ ਮੰਮਾ ਨੇ, ਕਹਿੰਦੇ ਹੁਣ ਤਾਂ ਲਵਾ ਲਓ, ਆ ਤੁਸੀਂ ਚੈੱਕ ਕਰ ਲਓ। ਲਓ ਵੀ ਕਹਿੰਦੇ ਨਹਾਉਣ ਤੋਂ ਬਾਅਦ ਆਪਾਂ ਹੋ ਗਏ ਰੈਡੀ, ਚਾਹ ਪੀ ਕੇ ਹੁਣ ਆਪਾਂ ਜਾਂਦੇ ਹਾਂ। ਪਰ ਪੰਗਾ ਇੱਕ ਨਵਾਂ ਹੋਰ ਪੈ ਗਿਆ, ਉਹ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਵੀ ਕੀ ਪੰਗਾ ਪੈ ਗਿਆ, ਹੋ ਸਕਦਾ ਵੀ ਜਾਣਾ ਕੈਂਸਲ ਹੋ ਜੇ। ਪ੍ਰੀਤ, ਚਾਹ ਪਾ ਕੇ ਲਿਆ ਦਿਓ। ਅਤੇ ਇੱਧਰ ਮਾਤਾ ਜੀ ਵੀ ਆ ਗਏ, ਇਹ ਗਏ ਹੋਏ ਸੀਗੇ, ਚਾਹ ਪੀ ਰਹੇ, ਠੰਡ ਜ਼ਿਆਦਾ ਹੋਣ ਕਰਕੇ ਥੋੜ੍ਹਾ ਜਿਹਾ ਠੰਡ ਜ਼ਿਆਦਾ ਹੋਣ ਕਰਕੇ ਹੋ ਗਿਆ। ਅਤੇ ਹੁਣ ਤੁਹਾਨੂੰ ਨਾ ਮੈਂ ਪੰਗਾ ਦਿਖਾਉਣਾ, ਇੱਕ ਪੰਗਾ ਕੀ ਪੈ ਗਿਆ ਬਣੇ ਦੇਖੋ। ਲਓ ਵੀ ਕਹਿੰਦੇ ਜਿਹੜਾ ਪੰਗਾ ਹੈ, ਪੰਗਾ ਆਹ ਪੈ ਗਿਆ। ਜਦੋਂ ਆਪਾਂ ਕੱਲ੍ਹ ਗੱਡੀ ਲਿਆ ਕੇ ਖੜਾਈ ਆ ਨਾ, ਲਾਈਟਾਂ ਲੱਗੀਆਂ ਰਹੀਆਂ ਅਤੇ ਇਹਦੀ ਹੋ ਗਈ ਬੈਟਰੀ ਡਾਊਨ, ਹੁਣ ਇਹ ਸੈਲਫ ਨਹੀਂ ਚੱਕਦੀ। ਹੋ ਸਕਦਾ ਵੀ ਮਾਨਸਾ ਜਾਣਾ ਜਿਹੜਾ ਕੈਂਸਲ ਹੋ ਜੇ, ਥੋੜ੍ਹਾ ਮੋਟਾ ਵੀ ਸੈਲਫ ਹੈ ਜਿਹੜਾ ਉਹ ਘੁੰਮਾਉਂਦੀ ਨਹੀਂ, ਬੈਟਰੀ ਹੋ ਗਈ ਡਾਊਨ, ਲਾਈਟਾਂ ਲੱਗੀਆਂ ਰਹਿ ਗਈਆਂ ਇਹਦੀਆਂ, ਅਤੇ ਇਹ ਨਾ ਚੂ ਨਾ ਚਾਂ ਕੁਛ ਨਹੀਂ ਕਰਦੀ। ਨਾ ਜੀ ਆਹ ਨਾ ਚੂ ਨਾ ਚਾਂ ਕੁਛ ਨਹੀਂ ਕਰਦੀ, ਬੈਟਰੀ ਹੋ ਗਈ ਡਾਊਨ। ਚਲੋ ਕੋਈ ਨਹੀਂ, ਚਾਹ ਪੀਂਦੇ ਫਿਰ ਦੇਖਦੇ ਹਾਂ, ਜੇ ਤਾਂ ਕੋਈ ਹੱਲ ਹੋਇਆ ਤਾਂ ਠੀਕ ਹੈ, ਨਹੀਂ ਫਿਰ ਕੱਲ੍ਹ ਨੂੰ ਸਹੀ, ਅੱਜ ਮਾਨਸਾ ਜਾਣਾ ਜਿਹੜਾ ਕੈਂਸਲ। ਉਹ ਵੀ ਕਹਿੰਦੇ ਚਾਹ ਨਾਲ ਜਿਹੜੇ ਰਸ ਹੈ ਉਹ ਦੁਬਾਰੇ ਆ ਗਏ, ਕਹਿੰਦੇ ਵੀ ਅੱਜ ਤੂੰ ਰੋਟੀ ਖਾਣੀ ਨਹੀਂ, ਅਤੇ ਫਰੀ ਤਾਂ ਇਹ ਚੰਗੀ ਗੱਲ ਨਹੀਂ ਜਿਹੜੀ, ਅੱਜ ਤੁਸੀਂ ਮੈਨੂੰ ਰੋਟੀ ਨਹੀਂ ਨਾ ਦੇ ਰਹੇ, ਚਾਹ ਨਾਲ ਰਸ, ਤੂੰ ਚਾਹ ਨਾਲ ਰਸ ਤੂੰ ਖਾਤੀ, ਤੇਰੇ ਵਾਲੀ ਰੋਟੀ ਮੈਨੂੰ ਦੇ। ਹਾਂ, ਇਹ ਗੱਲ ਗਲਤ ਹੋ ਜਾਂਦੀ ਆ। ਅਤੇ ਹੁਣ ਇਹ ਮੁੱਕਰ ਗਏ, ਹੁਣ ਇਹ ਦਵਾਈ ਲੈਣ ਵੀ ਨਹੀਂ ਜਾ ਰਹੇ, ਅਤੇ ਮੈਂ ਜਾ ਰਿਹਾ। ਕੋਈ ਨਹੀਂ, ਚਾਹ ਪੀਣੀ ਆ, ਠੰਡ ਬਹੁਤ ਆ, ਸੱਚੀ ਪੁੱਛੋ ਤਾਂ ਜਿਹੜਾ ਜਾਣ ਨੂੰ ਨਾ ਉਹ ਜੀ ਨਹੀਂ ਕਰ ਰਿਹਾ।
ਸੱਚੀ ਕਹਿਣਾ ਜਾਣ ਨੂੰ ਜੀ ਨਹੀਂ ਕਰ ਰਿਹਾ। ਦੇਖੋ ਵੀ ਮੁਕਰਨਾ ਤਾਂ ਜਿਹੜਾ ਹੋਏ ਨਾ ਤੋਂ ਸਿੱਖੇ ਨਾ, ਹੁਣ ਆਪਾਂ ਇਹਨਾਂ ਨੂੰ ਕੁਛ ਕਹਿ ਸਕਦੇ ਵੀ ਚਲੋ ਠੀਕ ਆ ਹੁਣ ਕੀ ਕਹਿ ਸਕਦੇ ਹਾਂ, ਤੇ ਚਾਹ ਪੀਨੇ ਆ ਤੇ ਤੁਸੀਂ ਵੀ ਚੱਕ ਲਓ ਚਾਹ ਪੀ ਲਓ। ਮੰਮਾ ਨੂੰ ਦਿੱਤੀ ਨਾ ਚਾਹ? ਹਾਂ ਮੰਮਾ ਚਾਹ ਪੀ ਜਾਂਦੀ ਸੀ। ਆਹ ਦੇਖ ਲਓ ਵੀ ਸਾਰਿਆਂ ਨੂੰ ਚਾਹ ਪਹਿਲਾਂ ਦੇ ਕੇ ਮੈਨੂੰ ਸਭ ਤੋਂ ਲਾਸਟ, ਜਿਹੜੀ ਗੱਲ ਬਹੁਤ ਵਧੀਆ ਗੱਲ ਆ। ਠੀਕ ਹੈ ਚੱਲ ਕੋਈ ਨਹੀਂ, ਅਤੇ ਚਾਹ ਪੀ ਕੇ ਆਪਾਂ ਹੁਣ ਫਿਰ ਗੱਲਬਾਤ ਦੇਖਦੇ ਹਾਂ। ਅਸਲ ਨਾ ਸਾਨੂੰ ਕੋਈ ਹਜੇ ਬਾਹਲਾ ਹਿਸਾਬ ਕਿਤਾਬ ਨਹੀਂ, ਅਸੀਂ ਕਦੇ ਬਲੌਗ ਅਜਿਹੇ ਬਣਾਏ ਨਹੀਂ। ਜੇ ਤੁਹਾਨੂੰ ਵਧੀਆ ਲੱਗੇ ਹੈ ਨਾ ਚੈਨਲ ਸਬਸਕ੍ਰਾਈਬ ਕਰ ਦਿਓ, ਹੌਲੀ ਹੌਲੀ ਆਪਾਂ ਨੂੰ ਹਿਸਾਬ ਕਿਤਾਬ ਜਾ ਜੂਗਾ। ਵਾਰੰਟੀ ਕਾਰਡ ਤਾਂ ਮਿਲ ਗਿਆ ਸੀ, ਪਰ ਇਹ ਮੋਟਰਸਾਈਕਲ ਵਾਲਾ ਮਿਲ ਗਿਆ। ਆਹ ਤੁਸੀਂ ਦੇਖ ਲਓ ਵੀ ਇਹਦੇ ਨਾਲ ਅਤੇ ਇਹਦੇ ਨਾਲ ਜਿਹੜਾ ਹੈ ਆਹ ਨੰਬਰ ਮਿਲਦਾ ਨਹੀਂ, ਉਹ ਮੋਟਰਸਾਈਕਲ ਵਾਲੀ ਨਿਕਲ ਗਈ। ਸਾਨੂੰ ਆਏ ਸੀ ਵੀ ਇੱਥੇ ਆ ਗਈ ਗੱਲ ਬਣ ਗਈ, ਪਰ ਗੱਲ ਬਣੀ ਨਹੀਂ। ਢੱਕ ਦੇ ਡੈਡੀ ਨੂੰ, ਫਿਰ ਹੁਣ ਦੇਖ ਲੈਂਦੇ ਹਾਂ। ਆ ਜਾ ਬਾਈ, ਗੱਲ ਨਹੀਂ ਬਣੀ ਮੋਟਰਸਾਈਕਲ ਵਾਲੀ, ਉਹ ਆਪਾਂ ਇਹ 'ਚ ਪਵਾਈ ਹੋਈ ਹੈ, ਇਹਦੇ ਵਾਲੀ ਇਵੈਂਟ ਨਿਕਲਿਆ ਉਹ ਤਾਂ, ਅਤੇ ਉਹ ਹੁਣ ਦੁਬਾਰੇ ਫਿਰ ਖੱਜਲ ਖਵਾਰ ਹੋਣਾ ਪਊ। ਭੱਲ ਨਹੀਂ ਪਊ, ਮੈਂ ਦੇਖਦਾ ਉਹ ਆਉਂਦਾ ਜਾ ਗਮ ਗਲਤ ਹੋ ਗਿਆ। ਬੈਠੇ ਹਾਂ ਸਾਰੇ, ਬਹੁਤ ਜ਼ੋਰ ਲਾ ਲਿਆ ਅਸੀਂ ਅਤੇ ਸਾਨੂੰ ਨਹੀਂ ਦਿਆਈ ਬੈਟਰੀ ਵਾਲਾ, ਵਾਰੰਟੀ ਕਾਰਡ 'ਤੇ ਆਇਆ ਨਹੀਂ। ਜਦੋਂ ਵੀ ਅਸੀਂ ਪਰਚੀ ਮੰਗੀਏ ਕੋਈ ਵੀ ਕਿਸੇ ਵੀ ਚੀਜ਼ ਦੀ ਗਰੰਟੀ ਵਾਲੀ, ਕਹਿ ਦਿੰਦੇ ਵੀ ਪੱਕਾ ਸਾਮੀ ਆ, ਅਤੇ ਜਦੋਂ ਭਾਲਦੇ ਹਾਂ ਉਦੋਂ ਉੱਥੇ ਹੁੰਦੀ ਨਹੀਂ ਹੈਗੀ। ਅਤੇ ਹੁਣ ਸਾਰੀ ਜ਼ਿੰਮੇਵਾਰੀ ਪ੍ਰੀਤ ਨੂੰ ਦੇਵਾਂਗੇ, ਆਪੇ ਸਾਂਭਿਆ ਕਰਨ, ਨਾ ਸਾਂਭਿਆ ਕਰਨ, ਜੇ ਨਾ ਮਿਲਿਆ ਕਰੂਗੀ ਆਪੇ ਫਿਰ ਤੇਰੇ ਪਿਆ ਕਰਨਗੇ। ਹੁਣ ਕਹਿਣ ਦਾ ਭਾਵ ਇਹੀ ਆ ਵੀ ਹੁਣ ਇਹ ਸਾਰੇ ਤੈਨੂੰ ਕਹਿ ਰਿਹਾ ਵੀ ਘਰ ਦੀ ਜ਼ਿੰਮੇਵਾਰੀ ਸਾਂਭ ਲੈ, ਵੀ ਅਸਾਂ ਤੋਂ ਨਹੀਂ ਸਾਂਭੀ ਜਾਂਦੀ। ਹੁਣ ਤਕੜੀ ਹੋ ਜਾ, ਹੁਣ ਮੈਂ ਤੈਨੂੰ ਦੱਸਾਂ ਆਹੋ ਸਾਰੇ ਇਹੀ ਹੁੰਦਾ ਨਾ ਵੀ ਕਦੋਂ ਕਦੋਂ ਕਬੀਲਦਾਰੀ ਹੱਥ 'ਚ ਆਵੇ, ਸਾਡੇ ਹੱਥ 'ਚ ਆਵੇ, ਤੂੰ ਭੱਜਦੀ ਫਿਰਦੀ ਆ ਹੈ ਕਿਉਂ ਨਹੀਂ ਗਾ। ਆਹੋ ਇੱਧਰੋਂ ਮਾਤਾ ਨੂੰ ਡਰ ਆਇਆ ਵੀ ਮੁਖਤਿਆਰੀ ਹੱਥੋਂ ਖੁੱਸਣ ਦਾ ਡਰ ਜਿਹੜਾ ਉਹ ਹੁਣ ਤੋਂ ਸਤਾ ਰਿਹਾ, ਤੁਸੀਂ ਦੇਖ ਸਕਦੇ ਹੋ ਵੀ ਹਾਂ ਇਹ ਗਿਆ ਕੰਮ ਦਾ। ਮੋੜ ਘੋੜ ਕੇ ਗੱਲ ਮੇਰੇ 'ਤੇ ਆ ਗਈ, ਕਹਿੰਦੇ ਵੀ ਹੁਣ ਅਸੀਂ ਤੈਨੂੰ ਫੜਾਈ ਸੀ, ਤੂੰ ਮੇਰੇ ਨਾਲ ਉਂਗਲ ਚੱਕ ਕੇ ਗੱਲ ਕਿਵੇਂ ਕਰਦੀ ਦੱਸੀ, ਕਿਵੇਂ ਕਰਦੀ ਹਾਂ? ਨਹੀਂ ਮੈਂ ਇਹਦਾ ਕਦੇ ਅੱਜ ਤੱਕ ਕੋਈ ਪਰਚੀ ਸਾਂਭੀ ਨਹੀਂ। ਸਾਡੀਆਂ ਲੱਕੜਾਂ ਇੱਧਰ ਗੱਠੇ 'ਚ ਪਾ ਕੇ ਕਿੱਧਰ ਲੈ ਕੇ ਜਾ ਰਹੇ ਹੋ ਜੀ? ਹੈਂ ਸਾਡੀਆਂ ਲੱਕੜਾਂ ਗੱਠੇ 'ਚ ਪਾ ਕੇ ਕਿੱਧਰ? ਠੀਕ ਹੈ, ਡੈਡੀ ਉੱਧਰ ਜਾਂਦੇ ਆ ਦੁਕਾਨ 'ਤੇ, ਜਿਹਨਾਂ ਨੂੰ ਨਹੀਂ ਪਤਾ ਆਪਾਂ ਦੱਸ ਦਈਏ ਆਪਣੀਆਂ ਪਿੰਡ 'ਚ ਹੈਗੀਆਂ ਦੁਕਾਨਾਂ 'ਤੇ, ਉੱਥੇ ਜਾਂਦੇ ਆ ਅਤੇ ਠੰਡ ਜ਼ਿਆਦਾ ਕਰਕੇ ਫਿਰ ਉੱਥੇ ਸੇਕਣਗੇ। ਹੁਣ ਇਹ ਇੱਥੋਂ ਹੀ ਲੱਕੜਾਂ ਜਿਹੜੀਆਂ ਗੱਟੇ 'ਚ ਪਾ ਕੇ ਪੈਕ ਕਰਕੇ ਲੈ ਕੇ ਜਾ ਰਹੇ ਹਾਂ। ਜਿਹੜਾ ਮਾਨਸਾ ਜਾਣਾ ਹੈ ਉਹ ਕੈਂਸਲ ਹੋ ਗਿਆ, ਕੈਂਸਲ ਹੋਣ ਦਾ ਕਾਰਨ ਤੁਹਾਡੇ ਸਾਹਮਣੇ ਹੀ ਖੜੀ ਆ ਗੱਡੀ, ਇਹ ਸਟਾਰਟ ਨਹੀਂ ਹੋਈ। ਹੁਣ ਆਪਾਂ ਬੈਟਰੀ ਦੀ ਲਾ ਕੇ ਚਾਰਜਰ ਲਾਵਾਂਗੇ, ਫਿਰ ਕੱਲ੍ਹ ਨੂੰ ਜਾਵਾਂਗੇ। ਦਾਲ ਸਬਜ਼ੀ ਕਦੀ ਬਣਾ ਲਈ? ਦਾਲ ਸਬਜ਼ੀ ਪੁੱਛਿਆ ਮੈਂ ਦੰਦ ਕੱਢਣ ਨੂੰ ਨਹੀਂ। ਆਲੂ ਆ ਰਹੇ ਆ? ਹਾਂ ਠੀਕ ਆ, ਆਲੂ ਬਣਾਵਾਂਗੇ ਤਰੀ ਵਾਲੇ। ਠੀਕ ਆ ਠੀਕ ਆ, ਅਤੇ ਨਹੀਂ ਨਹੀਂ ਬਸ ਆਲੂ ਬਣਾ ਰਹੇ ਹੋ। ਲਓ ਜੀ ਅੱਜ ਆਪਾਂ ਜਿਹੜਾ ਬਲੌਗ ਦਾ ਐਂਡ ਇੱਥੇ ਹੀ ਕਰਦੇ ਹਾਂ, ਕੱਲ੍ਹ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਵਧਾ ਦਾਂਗੇ। ਸੋ ਜਿਨ੍ਹਾਂ ਨੇ ਵੀ ਆਪਣਾ ਬਲੌਗ ਦੇਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਹੁਣ ਅਸੀਂ 10 ਬਲੌਗ ਡੇਲੀ ਲੈ ਕੇ ਆਵਾਂਗੇ, ਚੈਲੰਜ ਕਰ ਲਿਆ ਮੈਂ, ਪੱਕਾ ਚੈਲੰਜ ਕਰ ਲਿਆ, ਅਤੇ ਨਾ ਚੈਲੰਜ ਅਸੀਂ ਹੁਣ ਤੋੜਨਾ ਨਹੀਂ। ਅਤੇ ਬਲੌਗ ਦੇਖਣ ਵਾਸਤੇ ਬਹੁਤ ਬਹੁਤ ਥੈਂਕ ਯੂ, ਅਤੇ ਕੱਲ੍ਹ ਨੂੰ ਆਪਾਂ ਤੁਹਾਨੂੰ ਨਵੇਂ ਬਲੌਗ ਦੇ ਨਾਲ ਮਿਲਦੇ ਹਾਂ। ਉਦੋਂ ਤੱਕ ਜੀ ਖੁਸ਼ ਰਹੋ, ਰੱਬ ਤੁਹਾਨੂੰ ਸਾਰੀਆਂ ਜਿਹੜੀਆਂ ਖੁਸ਼ੀਆਂ ਉਹ ਦੇਵੇ। ਇੱਦਾਂ ਹੀ ਆਪਣੇ ਚੈਨਲ ਨਾਲ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜਲਦੀ ਆਪਾਂ ਕੱਲ੍ਹ ਨਵੇਂ ਬਲੌਗ ਦੇ ਨਾਲ ਮਿਲਦੇ ਹਾਂ ਜੀ। ਬਾਏ, ਸਤਿ ਸ਼੍ਰੀ ਅਕਾਲ।